ਇਹ ਨਹੀਂ ਕਿਹਾ ਵੀ ਮੂਰਤੀ ਪੂਜਾ ਵਾਲਾ ਸਿੱਖ ਬਣੇ ਨਹੀਂ ਸਕਦਾ। ਸਿੱਖ ਤਾਂ ਇੱਕ ਵਿਚਾਰਧਾਰਾ ਦਾ ਨਾਮ, ਔਰ ਸਿੱਖ ਨੂੰ ਬਣਾਇਆ ਜਾ ਸਕਦਾ ਕਿਸੇ ਨੂੰ, ਨਾ ਬਣਾਉਣ ਦੀ ਲੋੜ ਹੈ। ਸਿੱਖ ਕਿਸੇ ਨੂੰ ਬਣਾਉਣ ਦੀ ਲੋੜ ਨਹੀਂ, ਸਿੱਖ ਸਾਰੇ ਜਨਮ ਤੋਂ ਹੀ ਸਿੱਖ ਨੇ। ਜਿੱਦਣ ਦਾ ਰਾਮਗੜ੍ਹ ਵਿੱਚ ਆਇਆ ਜੀਵ, ਉੱਦਣ ਦੇ ਸਾਰੇ ਹੀ ਸਿੱਖ ਨੇ। ਇੱਕ ਪੌੜੀ ਤੋਂ ਛੁੱਟ ਆਦਮੀ ਦੇ ਜਨਮ ਤੱਕ 84 ਲੱਖ ਪੌੜੀ ਚੜ੍ਹ ਚੁੱਕਿਆ ਹੈ। ਕਿਹਨੇ ਚੜ੍ਹਾਇਆ? ਇੱਕ ਪੌੜੀ ਰਹਿੰਦੀ ਹੈ। ਇਸ ਪੌੜੀ ਦੇ 84 ਲੱਖ ਜਿਹੜੇ ਸਟੈਪ ਨੇ ਉਹ ਕਿਵੇਂ ਚੜ੍ਹੇ? ਭਾਣੇ 'ਚ ਰਹਿਣਾ, ਭੈ ਵਿੱਚ ਚੱਲਣਾ, ਚੱਲਣ ਨਾਲ ਚੜ੍ਹਦਾ। ਕੇਵਲ ਆਦਮੀ ਹੈ ਜਿਹੜਾ ਭੈ ਭਾਣੇ ਤੋਂ ਬਾਹਰ ਜਾਂਦਾ ਹੈ ਦੀ ਕੋਸ਼ਿਸ਼ ਕਰਦਾ, ਹੋਰ ਕੋਈ ਜਾਨਵਰ ਕਰਦਾ ਹੀ ਨਹੀਂ। ਭੈ ਵਿੱਚ ਪਵਣ ਬਹਿ ਸਦਭਾਵ, ਭੈ ਵਿੱਚ ਚੱਲਣਾ ਲੱਖ ਦਰਿਆਓ, ਭੈ ਵਿੱਚ ਅਗਨ ਕੱਢੇ ਬੇਗਾ, ਭੈ ਵਿੱਚ ਧਰਤੀ ਦੁਬੀ ਪਾ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਉਹ ਕਰੋੜੀ ਚਲਤਰਾ ਸਗਲਿਆਂ ਪਾਓ। ਸਗਲਿਆਂ ਦੇ ਵਿੱਚ ਕੌਣ ਰਹਿ ਗਿਆ? ਸਾਰੇ ਜੀ ਆ ਨਿਰਭਉ ਨਿਰੰਕਾਰ ਸੱਚ ਏਕ ਲਿਖਿਆ ਸਿਰ ਲੇਖ, ਲਿਖਿਆ ਸਿਰ ਲੇਖ ਹੈ ਜਿਹੜਾ ਉਹ ਜੀਵ ਆਤਮਾ ਦੇ ਉੱਤੇ, ਸਿਰ ਦੇ ਉੱਤੇ ਹੈ ਹੁਕਮ ਹੈ ਉਹਨਾਂ ਦੇ ਸਿਰ ਦੇ ਉੱਤੇ। ਜੋ ਚਾਹੁੰਦਾ ਜੋ ਪ੍ਰਭ ਭਾਵੈ ਸੋ ਕਰੇ, ਸੋਈ ਜੀ ਕਰਨ। ਆਦਮੀ ਤਾਂ ਕਹਿ ਦਈਏ ਜੀ ਕੇ, ਜੇ ਸਾਰੇ ਜੀ ਉਹਦੇ ਹੁਕਮ ਜਿਹੜੇ ਸਾਰੇ ਸਿੱਖ ਦੇ ਜੀ, ਉਹ ਤਾਂ ਇਕੱਲੇ ਕੌਣ ਦਾ ਕਹਿਣ, ਜੀ ਸਾਰੇ ਹੀ ਆ ਗਏ। ਜਿਹੜਾ ਗੁਰੂ ਹੈ, ਜਿਹੜਾ ਗੁਰੂ ਦਾ ਸ਼ਬਦ ਹੈ, ਸ਼ਬਦ ਗੁਰੂ ਹੈ, ਉਹ ਸਾਰੇ ਜੀਆਂ ਦਾ ਗਿਆਨ ਦੇ ਰਿਹਾ। ਜਿਹੜੀ ਬਾਣੀ ਗੁਰੂ ਹੈ, ਉਹ ਸਾਰੇ ਜੀਆਂ ਨੂੰ ਗਿਆਨ ਦੇ ਰਹੀ ਹੈ। ਆਹ ਕੇਵਲ ਆਦਮੀ ਨੂੰ ਦੇ ਰਹੀ ਹੈ ਇਹ ਗੁਰਬਾਣੀ, ਕੇਵਲ ਆਦਮੀ ਵਾਸਤੇ, ਜਾਨਵਰਾਂ ਵਾਸਤੇ ਨਹੀਂ ਹੈ, ਪੇੜ ਪੌਦਿਆਂ ਵਾਸਤੇ ਨਹੀਂ ਹੈ। ਸਿਰਫ ਇੱਕ ਪੌੜੀ ਦਾ ਗਿਆਨ ਹੈ, ਜਿਹੜੀ ਪੌੜੀ 'ਤੇ ਆਦਮੀ ਖੜਾ। ਖਤਰਨਾਕ ਬਾਣੀ ਤਾਂ ਸਾਰਿਆਂ ਨੂੰ ਗਿਆਨ ਦੇ ਰਹੀ ਹੈ। ਬਾਣੀ ਤਾਂ ਜੜ ਕਿਆ, ਚੇਤਨ ਕਿਆ, ਸਾਰਿਆਂ ਨੂੰ ਭੈ 'ਚ ਰੱਖ ਰਹੀ ਹੈ। ਉਹਦਾ ਜੜ ਚੇਤਨ ਸਾਰਿਆਂ ਨੂੰ ਵਾਸਤੇ ਹੀ ਹੈ, ਜੜ ਨੂੰ ਜੜ ਦੇ ਤਰੀਕੇ ਨਾਲ ਰੱਖ ਰਹੀ ਹੈ। ਜੜ ਉਪਦੇਸ਼ ਨਾਲ ਭੈ 'ਚ ਨਹੀਂ ਰਹਿੰਦਾ, ਜੜ ਨੂੰ ਜੜ ਦਾ ਤਰੀਕਾ ਹੋਰ ਹੈ ਰੱਖਣਾ ਭੈ ਦੇ ਵਿੱਚ। ਇੱਕ ਇੰਜਣ ਚੱਲਦਾ, ਆਹ ਹਵਾ ਸਮਾਨ ਫਰਕਣਾ ਵੀ ਚਲੀ ਜਾਂਦਾ, ਕਿ ਨਟ ਬੋਲਟ ਟਾਇਟ ਨੇ ਹੁਕਮ, ਉਹਦੇ ਨਟ ਬੋਲਟ ਹੈ ਹੁਕਮ, ਹੈ ਨਾ, ਢਿੱਲ ਪਈ ਤਾਂ ਐਕਸੀਡੈਂਟ ਹੋਜੂ। ਮਾਇਆ ਦਾ ਤਰੀਕਾ ਹੋਰ ਹੈ ਭੈ 'ਚ ਰੱਖਣ ਦਾ, ਕੰਟਰੋਲ 'ਚ ਰੱਖਣ ਦਾ। ਚੇਤਨ ਦਾ ਤਰੀਕਾ ਉਪਦੇਸ਼ ਹੋਣਾ, ਚੇਤਨ ਉਪਦੇਸ਼ ਨਾਲ ਰਹਿ ਜਾਂਦਾ, ਮਾਇਆ ਨਹੀਂ ਉਪਦੇਸ਼ ਨਾਲ ਰਹਿੰਦੀ, ਮਾਇਆ ਦਾ ਹੋਰ ਤਰੀਕਾ। ਐਂ ਮਾਰਦਿਆਂ ਠੱਕ ਉਹ ਛੱਪ ਜਾਂਦਾ ਟੈਪ 'ਤੇ, ਪਰ ਜੇ ਉਹਦੀ ਕਿਤੇ ਪਿੰਨ ਨਿਕਲ ਜਾ ਫਿਰ ਨਹੀਂ, ਇੱਥੇ ਮਾਰਿਆ ਤਾਂ ਉਹ ਹੋਰਦਾ ਹੀ ਨਹੀਂ। ਅਤੇ ਬਾਕੀ ਦੁਨੀਆ 'ਚ ਵਿਕਾਰ ਜਿਹੜੇ ਜ਼ਿਆਦਾ ਹੈਵੀ ਨਾ ਹੋਣ ਕਰਕੇ ਤਰੱਕੀ ਹੁੰਦੀ ਹੈ? ਨਹੀਂ, ਉੱਥੇ ਬੁੱਧ ਥੋੜ੍ਹੀ ਹੈ, ਥੋੜ੍ਹੀ ਅਕਲ ਵਾਲਾ ਆਦਮੀ, ਤਰੱਕੀ ਤਾਂ ਹੁੰਦੀ ਉੱਥੇ, ਥੋੜ੍ਹੀ ਅਕਲ ਵਾਲਾ ਆਦਮੀ ਦੂਏ ਦੀ ਗੱਲ ਮੰਨ ਲੈਂਦਾ, ਬਹੁਤੀ ਅਕਲ ਵਾਲਾ ਮੰਨਦਾ ਨਹੀਂ। ਬਸ ਆਹ ਆਪਣੀ ਅਕਲ ਏੜਕਾ ਬਣਦੀ ਹੈ, ਅਕਲ ਇਹਦੇ ਕੋਲ ਇੰਨੀ ਹੋ ਗਈ, ਇਹ ਕਹਿੰਦਾ ਹੁਣ ਮੇਰੇ ਜਿੰਨੀ ਕਿਸੇ ਕੋਲ ਨਹੀਂ ਹੈ, ਤਾਂ ਨੁਕਸਾਨ ਜ਼ਿਆਦਾ, ਅਕਲ ਨੁਕਸਾਨਦੇਹ ਹੁੰਦੀ ਹੈ, ਜ਼ਿਆਦਾ ਪੈਸਾ ਵੀ ਨੁਕਸਾਨਦੇਹ ਹੁੰਦਾ, ਜ਼ਿਆਦਾ ਤਾਕਤ ਸਰੀਰ ਦੀ ਵੀ ਨੁਕਸਾਨਦੇਹ ਹੁੰਦੀ, ਉਹਦਾ ਹੰਕਾਰ ਹੋ ਜਾਂਦਾ, ਇਸ ਕਰਕੇ ਇਹਦੇ ਕੋਲ ਜ਼ਿਆਦਾ ਹੰਕਾਰ ਵੀ ਵੱਧ ਗਿਆ। ਜੇ ਹੰਕਾਰ ਵਧਿਆ, ਹੰਕਾਰ ਨੇ ਵਿਰੋਧ ਕਿਹਦਾ ਕਰਨੇ ਨਾ ਹੁੰਦਾ, ਹੁਕਮ ਦਾ ਹੀ ਕਰਨਾ, ਹੋਰ ਕਿਹਦਾ ਕਰਨਾ, ਹੋਰ ਕਿਹਦਾ ਕਰਨਾ, ਉਹਨੇ ਵਿਰੋਧ ਕਿਹਦਾ ਕਰੂਗਾ, ਹੁਕਮ ਦਾ ਹੀ ਕਰੂਗਾ, ਹੋਰ ਕਿਹਦਾ ਕਰੂਗਾ। ਯਾਨੀ ਸਿੱਖ ਬਣਾਉਣ ਦੀ ਲੋੜ ਨਹੀਂ, ਸਿੱਖ ਉਹ ਬਣਾਉਣ ਦੀ ਤਾਂ ਲੋੜ ਹੈ ਜੇ ਕੋਈ ਸਿੱਖ ਹੋਵੇ ਨਾ। ਜਿੰਨੇ ਜੀ ਉਪਾਏ ਨੇ ਸਾਰੇ ਉਹਦੇ ਚੇਲੇ ਨੇ, ਸਿੱਖ ਨੇ, ਉਹ ਗੁਰੂ ਹੈ। ਸਾਰੇ ਧਰਮ ਗੁਰੂ ਮੰਨਦੇ ਨੇ, ਤੇ ਉਹ
ਉੱਥੋਂ ਰੋਸ਼ਨੀ ਮਿਲਦੀ ਹੈ ਸਭ ਨੂੰ, ਸਾਰੇ ਬੰਦੇ ਨੂੰ। ਸਾਰੇ ਬੰਦੇ ਨੇ ਫਿਰ ਸਾਰੇ ਸਿੱਖ ਨੇ, ਸਿੱਖ ਸਾਡੇ ਨਹੀਂ ਬਣਨਾ ਨਾ ਨਾਨਕ ਦੇ ਬਣਨਾ, ਸਿੱਖ ਪਰਮੇਸ਼ਰ ਦੇ ਬਣਨਾ, ਗੁਰੂ ਪਰਮੇਸ਼ਰ ਹੈ। ਜਦੋਂ ਸਿੱਖੀ ਦੇ ਵਿੱਚ ਤੇੜ ਆਉਂਦੀ ਹੈ ਜਦੋਂ ਨਾਨਕ ਨੂੰ ਗੁਰੂ ਬਣ ਲੈਂਦੇ, ਫਿਰ ਹੋਰ ਤਰ੍ਹਾਂ ਦੇ ਸਿੱਖਾਂ ਦੀ ਗੱਲ ਹੋ ਜਾਂਦੀ, ਫਿਰ ਸਾਡੀ ਮਰਜ਼ੀ ਦੇ ਸਿੱਖ ਹੋ ਜਾਂਦੇ ਨੇ। ਇਹੋ ਜਿਹੇ ਸਿੱਖਾਂ ਦਾ ਤਾਂ ਜ਼ਿਕਰ ਨਹੀਂ ਹੈ, ਸਾਡੀ ਮਰਜ਼ੀ ਦੇ ਸਿੱਖਾਂ ਦਾ ਜ਼ਿਕਰ ਤਾਂ ਹੈ ਨਹੀਂ ਗੁਰਬਾਣੀ। ਜਿਹੋ ਜਿਹੇ ਅਸੀਂ ਸਿੱਖ ਚਾਹੁੰਦੇ ਹਾਂ ਬਣਾਉਂਦੇ ਹਾਂ, ਉਹੋ ਜਿਹੇ ਸਿੱਖਾਂ ਦਾ ਜ਼ਿਕਰ ਨਹੀਂ ਹੈ ਗੁਰਬਾਣੀ 'ਚ, ਇਹ ਦਿਖਾਓ ਕਿੱਥੇ। ਲੱਖ 84 ਜੋਤ ਸਬਾਈ, ਸਾਰੀ 84 ਲੱਖ ਜੋਤ ਨੇ। ਮਾਨਸ ਕੋ ਪ੍ਰਭ ਦੇ ਬੜੇ, ਪ੍ਰਭ ਨੇ ਦਿੱਤੀ ਬੜੇ ਬਣ 84 ਲੱਖ ਜੋਤ। 84 ਲੱਖ ਨੂੰ ਜੋਤ ਨੂੰ ਸਮਝਾਇਆ, ਭਾਈ ਤੁਸੀਂ ਛੋਟੇ ਇਹ ਬੜਾ ਜਿਹਨੂੰ ਸਿਆਣਾ ਬਣਾ ਦਿੱਤਾ। 84 ਲੱਖ ਜੋਤ ਚੋਂ ਹੀ ਆਇਆ ਵੀ ਸਿਆਣਾ ਬਣਾਇਆ, ਉਹਨੇ ਹੀ ਬਣਾਇਆ ਸਿਆਣਾ, ਹੋਰ ਕਿਹਨੇ ਬਣਾਇਆ, ਬਣਾਇਆ ਕਿਹਨੇ ਸਿਆਣਾ। ਹੁਣ ਫਿਰ 84 ਚਲਾ ਜਾਏਗਾ ਤੂੰ, ਜੇ ਹੁਣ 84 ਜੀ ਜਾ ਸਕਦਾ ਥੱਲੇ ਨੂੰ ਜਾ ਸਕਦਾ, ਫਿਰ ਤਾਂ ਜਾ ਹੀ ਨਹੀਂ ਸਕਦਾ ਹੁਣ ਇਹ ਆਦਮੀ ਥੱਲੇ। ਇੱਕੋ ਹੀ ਸਕੂਲ ਹੈ ਜੀ, ਸਾਰੇ ਸਟੂਡੈਂਟ ਸਾਰੇ ਜੀਵ ਸਟੂਡੈਂਟ, ਇੱਕੋ ਸਕੂਲ ਹੈ, ਇੱਕੋ ਹੀ ਟੀਚਰ ਹੈ ਗੁਰੂ, ਬਸ ਸਾਰੇ ਵਿੱਚ ਦਾਖਲ ਨੇ। ਉਦੋਂ ਤੋਂ ਹੀ ਦਾਖਲ ਨੇ ਜਦੋਂ ਤੋਂ ਇੱਥੇ ਆਏ ਨੇ। ਕਿਹੋ ਜਿਹੇ ਸਿੱਖ ਬਣਾਉਣੇ ਚਾਹੁੰਦੇ ਹਾਂ ਅਸੀਂ? ਅਸੀਂ ਨਾਨਕ ਤੋਂ ਬਾਅਦ ਬਣਦੇ ਸਿੱਖ, ਸਿੱਖ ਤਾਂ ਲਫ਼ਜ਼ ਪਹਿਲਾਂ ਤਾਂ ਚੱਲਦਾ ਹੈ, ਨਾਨਕ ਜਾਂ ਜੰਮਿਆ ਵੀ ਨਹੀਂ ਸੀ ਜਾਂਦਾ ਸਿੱਖ ਲਫ਼ਜ਼ ਚੱਲਦਾ, ਕਬੀਰ ਨੇ ਲਫ਼ਜ਼ ਸਿੱਖ ਵਰਤਿਆ, ਸ਼ੀਸ਼ਰ ਤੋਂ ਪਹਿਲਾਂ ਦਾ ਵਰਤਿਆ ਹੈ। ਇਹ ਕੋਈ ਸਿੱਖ ਨਾਨਕ ਨੇ ਘੜਿਆ ਲਫ਼ਜ਼? ਇਹ ਕੋਈ ਨਾਨਕ ਦੀ ਮੱਤ ਹੈ ਤਾਂ ਪਰਮੇਸ਼ਰ ਦੀ ਮੱਤ ਹੈ। ਸਿੱਖ ਸਾਰੇ ਬਣੇ ਬਣਾਏ ਨੇ, ਸਿੱਖ ਦਾ ਕੋਈ ਭੇਦ ਨਹੀਂ ਹੁੰਦਾ। ਚੀਟੀ ਤੇ ਕੁੰਚਰ ਅਸਥੂਲਾ ਇਸ ਗੱਲ ਸਭ ਸਾਰੇ ਜੀ ਆ ਗਏ ਚੀਟੀ ਦੇ ਲਾਗੇ ਹਾਥੀ ਦਾ ਜਿਹੋ ਜਿਹਾ ਨਕਸ਼ਾ ਸਿੱਖੀ ਦਾ ਅਸੀਂ ਬਣਾ ਲਿਆ, ਇਹ ਸਾਡਾ ਮਨੁੱਖਾਂ ਦਾ ਨਕਸ਼ਾ ਬਣਾਇਆ ਹੈ, ਸਾਡੀ ਆਪਣੀ ਮਰਜ਼ੀ ਦਾ, ਗੁਰੂ ਕੀ ਮਰਜ਼ੀ ਦਾ ਨਕਸ਼ਾ ਨਹੀਂ ਹੈ। ਗੁਰਬਾਣੀ ਦੀ ਮਰਜ਼ੀ ਦਾ ਨਕਸ਼ਾ ਕੀ ਹੈ? ਜੋ ਨਕਸ਼ਾ ਪ੍ਰਚਾਰ ਚਿੱਤਰ ਅਸੀਂ ਅੱਜ ਖਿੱਚਿਆ ਹੋਇਆ ਆਪਣਾ ਸਮਝਿਆ ਹੋਇਆ ਸਿੱਖੀ ਦਾ, ਉਹ ਗੁਰਬਾਣੀ ਦਾ ਨਹੀਂ ਹੈ ਦੱਸਿਆ ਹੋਇਆ ਸਾਨੂੰ? ਗੁਰਬਾਣੀ ਦਾ ਗੱਲਾਂ ਨਹੀਂ ਕਰ ਰਹੀ ਕਿਤੇ, ਇਹ ਸਾਡਾ ਆਪਣਾ ਮੰਨਿਆ ਹੋਇਆ ਹੋਂਬੇ ਦਾ ਨਕਸ਼ਾ ਹੈ ਸਾਡੀ ਦਾ, ਇਹ ਸਾਡੇ ਹੋਂਬੇ ਚੋਂ ਪੈਦਾ ਹੋਇਆ ਹੈ। ਆਪ ਆਪਣੀ ਬੁੱਧ ਹੈ ਜੇਤੀ, ਜੇ ਜੀ ਸਾਡੀ ਅਕਲ ਸੀ ਹੋ ਜਾ ਸੀ ਆਪਣਾ ਬਣਾ ਲਿਆ। ਮੈਂ ਇੱਕ ਨਾਨਕ ਨੂੰ ਗੁਰੂ ਮੰਨ ਕੇ ਸਿੱਖ ਅਸੀਂ ਨਕਸ਼ਾ ਜਿਹੜਾ ਬਣਾਇਆ ਉਹ ਅਸੀਂ ਪ੍ਰਚਾਰ ਕਰਦੇ ਹਾਂ। ਨਾਨਕ ਗੁਰੂ ਹੈ ਜਾਂ 10 ਗੁਰੂ ਨੇ, ਹੁਣ ਗ੍ਰੰਥ ਗੁਰੂ ਹੈ, ਬਾਣੀ ਗੁਰੂ ਹੈ, ਸ਼ਬਦ ਗੁਰੂ ਹੈ, ਜੋ ਵੀ ਅਸੀਂ ਕਹਿੰਦੇ। ਜੇ ਗ੍ਰੰਥ ਗੁਰੂ ਹੈ ਤਾਂ ਸ਼ਬਦ ਗੁਰੂ ਨਹੀਂ ਹੈ, ਜੇ ਸ਼ਬਦ ਗੁਰੂ ਹੈ ਤਾਂ ਗ੍ਰੰਥ ਗੁਰੂ ਨਹੀਂ ਹੈ, ਦੋਵੇਂ ਆਪਾਂ ਵਿਰੋਧੀ ਗੱਲਾਂ। ਗ੍ਰੰਥ ਅੱਖਾਂ ਨੂੰ ਦੇਖਣ ਵਾਲੀ ਚੀਜ਼ ਹੈ, ਸ਼ਬਦ ਅੱਖਾਂ ਨੂੰ ਦੇਖਣ ਵਾਲੀ ਚੀਜ਼ ਹੁੰਦੀ ਨਹੀਂ, ਸੁਣਨ ਵਾਲੀ ਚੀਜ਼ ਹੁੰਦੀ। ਹੁਣ ਦੱਸੋ ਅੱਖਰ ਗੁਰੂ ਹੈ, ਗ੍ਰੰਥ ਗੁਰੂ ਹੈ ਜਾਂ ਸ਼ਬਦ ਗੁਰੂ ਹੈ? ਸ਼ਬਦ ਹੋਰ ਚੀਜ਼ ਹੈ, ਸ਼ਬਦ ਅੱਖਾਂ ਨੂੰ ਦੇਖਣ ਵਾਲੀ ਚੀਜ਼ ਨਹੀਂ। ਜੇ ਸ਼ਬਦ ਗੁਰੂ ਹੈ ਤਾਂ ਗ੍ਰੰਥ ਗੁਰੂ ਨਹੀਂ ਹੋ ਸਕਦਾ, ਜੇ ਗ੍ਰੰਥ ਗੁਰੂ ਹੈ ਤਾਂ ਸ਼ਬਦ ਗੁਰੂ ਨਹੀਂ ਹੋ ਸਕਦਾ। ਇੰਨਾ ਵੀ ਸਾਨੂੰ ਤਾਂ ਪਤਾ ਨਹੀਂ,
ਵੀ ਅਸੀਂ ਕੀ ਕਿੱਥੇ ਕਿੱਥੇ ਕੀ ਗਲਤੀ ਕਰ ਰਹੇ ਹਾਂ। ਜੋ ਅਸੀਂ ਕਹਿ ਰਹੇ ਹਾਂ ਵਿਚਾਰ ਕੇ ਨਹੀਂ ਕਹਿ ਰਹੇ, ਅਸੀਂ ਸੋਚ ਕੇ ਕਹਿ ਰਹੇ, ਮਨ ਦੇ ਕੀਤੇ ਫੈਸਲੇ ਨੇ ਸਾਡੇ ਕਾੜੀ ਮਨਮੁੱਖਾਂ ਦੀ ਸਿੱਖੀ ਹੈ ਇਹ, ਇਹ ਸਾਰੀ ਮਨਮੁੱਖਾਂ ਦੇ ਫੈਸਲੇ ਕੀਤੇ ਹੋਏ ਨੇ। ਹੁਣ ਸ਼ਬਦ ਤਾਂ ਕੰਨਾਂ ਦਾ ਵਿਸ਼ਾ ਹੁੰਦਾ, ਅੱਖਾਂ ਦਾ ਵਿਸ਼ਾ ਹੀ ਨਹੀਂ ਹੈ ਸ਼ਬਦ। ਸ਼ਬਦ ਸੁਣਨ ਵਾਲੀ ਗੱਲ ਹੈ, ਦੇਖਣ ਵਾਲੀ ਗੱਲ ਨਹੀਂ ਹੁੰਦੀ। ਗ੍ਰੰਥ ਦੇਖਣ ਵਾਲੀ ਚੀਜ਼ ਹੈ, ਅੱਖਰੀ ਰੂਪ ਤਾਂ ਦਿੱਤਾ ਜਾ ਸਕਦਾ ਸ਼ਬਦ ਨੂੰ। ਉਹਨੂੰ ਫਿਰ ਅੱਖਰ ਕਿਹਾ ਹੋਇਆ ਗੁਰਬਾਣੀ 'ਚ ਵੀ ਕਹਿ ਰਿਹਾ, ਅੱਖਰਾਂ ਮੈਂ ਕੋਈ ਗੁਰੂ ਖੋਜੇ ਫਿਰ ਗੁਰੂ ਕਾਹਦੇ ਕਹਿ ਰਿਹਾ, ਅੱਖਰਾਂ ਨੂੰ ਤਾਂ ਗੁਰੂ ਨਹੀਂ ਕਹਿ ਜਾ, ਅੱਖਰਾਂ ਨੂੰ ਤਾਂ ਗੁਰੂ ਨਹੀਂ ਕਿਹਾ ਬਾਣੀ 'ਚ। ਬਾਕੀ ਰਹਿ ਗਈ ਗ੍ਰੰਥ ਦੀ ਗੱਲ, ਇੱਕ ਕੋਈ ਰਾਜਾ, ਰਾਜਾ ਨੇ ਕੋਈ ਹੁਕਮ ਭੇਜਿਆ, ਪਰਮੇਸ਼ਰ ਰਾਜਾ ਹੈ, ਉਹਨੇ ਹੁਕਮਨਾਮਾ ਭੇਜਿਆ ਸੰਸਾਰ ਵਾਸਤੇ, ਹਾਂ ਸਾਡੇ ਵਾਸਤੇ ਵੀ ਭਾਈ ਐਂ ਕਰਨਾ ਜਾਂ ਨਹੀਂ ਕਰਨਾ। ਜੇ ਤੁਸੀਂ ਚਾਹੁੰਦੇ ਹੋ ਦਰਗਾਹ, ਜੇ ਦਰਗਾਹ 'ਚ ਇੱਜ਼ਤ ਹੋਵੇ ਮੇਰੇ ਮਨ 'ਚ, ਤੁਹਾਡੇ ਵਾਸਤੇ ਕੁਛ ਰਿਸਪੈਕਟ ਹੋਵੇ ਤੁਹਾਡੀ, ਤੁਹਾਨੂੰ ਮਾਫ਼ੀ ਮਿਲ ਜਾਏ ਇੱਥੇ, ਮਾਫ਼ੀ ਹੈ ਜੇਲ੍ਹ 'ਚ, ਜੇ ਕਿਸੇ ਨੇ ਜੇਲ੍ਹ 'ਚੋਂ ਮਾਫ਼ੀ ਮਿਲਣੀ ਹੈ ਤਾਂ ਇਹ ਸ਼ਰਤਾਂ 'ਤੇ ਮਿਲਣੀ ਹੈ। ਉਹਨੇ ਕੋਈ ਆਪਣਾ ਸੁਨੇਹਾ ਉਪਦੇਸ਼ ਭੇਜਤਾ, ਅਸੀਂ ਉਸ ਜੀ ਤੋਂ ਸਾਨੂੰ ਲਾਭ ਮਿਲਣਾ ਉਸ ਉਪਦੇਸ਼ ਨੂੰ, ਕਿਸੇ ਬੰਦੇ ਦੇ ਰਾਹੀਂ ਭੇਜਤਾ ਕਿ ਬੰਦੇ ਨੂੰ ਮਹੱਤਵ ਦੇਈ, ਬੰਦਾ ਇੰਪੋਰਟੈਂਟ ਹੈ ਕਿ ਉਪਦੇਸ਼ ਇੰਪੋਰਟੈਂਟ, ਬੰਦੇ ਦਾ ਵਿੱਚ ਕੀ ਰਹਿ ਗਿਆ, ਬੰਦਾ ਉਪਦੇਸ਼ ਨੂੰ ਵਡਿਆਈ ਦੇ ਰਿਹਾ, ਵਡਿਆਈ ਤਾਂ ਬੰਦਾ ਦੇ ਰਿਹਾ ਉਪਦੇਸ਼ ਨੂੰ। ਜੇ ਦਸਮ ਪਾਤਸ਼ਾਹ ਇਹ ਨਾ ਕਹਿੰਦੇ ਵੀ ਗੁਰੂ ਉਹ ਹੈ ਤਾਂ ਇਹਦੀ ਕੋਈ ਵੈਲਿਊ ਨਹੀਂ ਸੀ ਉਪਦੇਸ਼ ਦੀ, ਇਹਦਾ ਮਤਲਬ ਤੈਅ ਹੋਇਆ ਕੀ ਕਹਿਣਾ ਚਾਹੁੰਦੇ ਹੋ, ਅਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਸੰਸਾਰ ਨੂੰ, ਵੀ ਇਹ ਦਸਮ ਪਾਤਸ਼ਾਹ ਨਾ ਕਹਿੰਦੇ ਇਹ ਗੱਲ ਵੀ ਮੇਰੇ ਤੋਂ ਬਾਅਦ ਗ੍ਰੰਥ ਗੁਰੂ ਹੈ, ਫਿਰ ਇਹਦੀ ਕੋਈ ਵੈਲਿਊ ਨਹੀਂ ਸੀ ਸਾਡੇ ਵਾਸਤੇ, ਇਹ ਕਹਿਣਾ ਚਾਹੁੰਦੇ ਹਾਂ। ਫਿਰ ਗੁਰਬਾਣੀ ਦੀ ਕੋਈ ਵੈਲਿਊ ਨਹੀਂ ਸੀ, ਫਿਰ ਅਸੀਂ ਇਹਨੂੰ ਨਹੀਂ ਪੁੱਛਦੇ, ਨਾ ਲੋੜ ਸੀ ਪੁੱਛਣ ਦੀ, ਇਹੀ ਗੱਲ ਹੋਈ ਨਾ। ਫਿਰ ਉਹਨਾਂ ਨੇ ਜੋ ਕਹਿ ਤਾ ਤਾਂ ਵੈਲਿਊ ਹੈ, ਦਸਮ ਪਾਤਸ਼ਾਹ ਦੀਆਂ ਹੋਰ ਗੱਲਾਂ ਕਹੀਆਂ ਹੋਈਆਂ ਜਿੰਨੀਆਂ ਨੇ ਬਾਣੀਆਂ, ਉਹਨਾਂ ਨੂੰ ਤਾਂ ਅਸੀਂ ਸਿੱਟਾ ਰੱਦੀ ਦੀ ਟੋਕਰੀ 'ਚ, ਜਾਪ ਸਾਹਿਬ ਨੂੰ ਇਹਦੀ ਬਰਾਬਰੀ ਨਹੀਂ, ਇਹ ਗੱਲ ਨੂੰ ਬਰਾਬਰੀ ਦੇ ਕੇ ਆ ਕਰ ਰਹੇ, ਕੀ ਕਰ ਰਹੇ ਹਾਂ, ਜਿਹੜੀ ਕਿ ਸੱਚੀ ਹੈ ਉਹ ਨਹੀਂ, ਜਵਾਨੀ ਕਿਹਾ ਹੀ ਨਹੀਂ ਹੈ ਕਾਹਨੂੰ ਗੁਰੂਆਂ ਨੇ, ਆ ਜਿਹੜਾ ਗ੍ਰੰਥ ਲਈ ਫਿਰਦੇ ਨੇ ਹਜ਼ੂਰ ਸਾਹਿਬ, ਸਭ ਤੋਂ ਪੁਰਾਤਨ ਗ੍ਰੰਥ ਹੈ, ਸਭ ਤੋਂ ਪਹਿਲਾਂ ਹਜ਼ੂਰ ਸਾਹਿਬ ਵਾਲਾ, ਪਹਿਲਾਂ ਤਾਂ ਕਹਿੰਦੇ ਭਾਈ ਮਨੀ ਸਿੰਘ ਦੇ ਹੱਥਾਂ ਦਾ, ਭਾਈ ਮਨੀ ਸਿੰਘ ਦੇ ਹੱਥ ਦਾ ਕੋਈ ਗ੍ਰੰਥ ਜਿਹੜਾ ਹੋਊ ਉਹ ਤਾਂ ਦਸਮ ਪਾਤਸ਼ਾਹ ਦੀ ਮੋਹਰ ਹੋਊਗੀ, ਥੋੜ੍ਹੀ ਚਾਹੀਦੀ ਹੈ, ਹੁਣ ਮੋਹਰ ਤਾਂ ਹੈ ਨਹੀਂ, ਕਿਸੇ ਮੇਰੇ ਵਰਗੇ ਨੇ ਕਹਿ ਤਾ ਵੀ ਦਿਖਾਓ ਮੋਹਰ ਕਿੱਥੇ, ਉਹਨਾਂ ਨੇ ਕਹਾ ਵੀ ਹੁਣ ਬਦਲੀਏ ਝੂਠ ਨੂੰ, ਹੁਣ ਉਹ ਅਸਲ 'ਤੇ ਆ ਗਏ ਵੀ ਦਮਦਮੀ ਬੀੜ ਹੈ, ਠੀਕ ਹੈ ਦਮਦਮੀ ਬੀੜ ਗਈ ਸੀ ਉੱਥੇ ਜਦ ਗੁਰਦੁਆਰਾ ਬਣਿਆ ਨਾ, ਜਦ ਤੋਂ ਬਾਅਦ ਬੀੜ ਗਈ ਹੈ, ਚਾਰ ਬੀੜਾਂ ਸੀ ਦਮਦਮੀ ਜਿਹੜੀਆਂ ਤਿਆਰ ਹੋਈਆਂ ਨੇ, ਉਹਨਾਂ 'ਚੋਂ ਇੱਕ ਬੀੜ ਦੀ ਕਾਪੀ ਗਈ, ਉਹ ਇੱਕ ਬੀੜ ਉੱਥੇ ਗਈ ਹੋਈ ਹੈ, ਉਤਾਰਾ ਕਰਕੇ ਲੈ ਗਏ ਸੀ ਉਹਦਾ, ਉਹ ਬਾਬੇ ਦੀਪ ਸਿੰਘ ਮਿਲ ਗਿਆ ਹੈ, ਉਸ ਬਾਰੇ 'ਚ ਗਿਆ ਹੈ, ਉਹ ਬੀੜ ਹੈ ਉਹਨਾਂ ਦੇ ਕੋਲ, ਠੀਕ ਹੈ ਉਹ ਬੀੜ ਉਸ ਵੇਲੇ ਦੀ, ਉਹ ਬੀੜ ਦੀ ਸਟੱਡੀ, ਉਸੇ ਬੀੜ ਦੀ ਸਟੱਡੀ ਕਰਕੇ ਅਸੀਂ ਜਿਹੜਾ ਅਸੀਂ ਕੀਤਾ। ਹੁਣ ਜੇ ਬਾਬੇ ਦੀਪ ਸਿੰਘ ਵੇਲੇ ਹੀ ਉੱਥੇ ਬੀੜ ਗਈ ਸੀ, ਉਹ ਬੀੜ ਕਿਹੜੀ ਸੀ ਜਿਹਨੂੰ ਗੁਰੇਜ ਦਿੱਤੀ, ਕਿੱਥੇ ਗਈ, ਅਦੋ ਉਸ ਬੀੜ 'ਤੇ ਦਸ ਦਸ ਪਾਤਸ਼ਾਹ 'ਤੇ ਚਾਹੀਦੇ ਸੀ, ਕਿਉਂਕਿ ਉਸ ਵੇਲੇ ਦੀਆਂ ਸਾਰੀਆਂ ਬੀੜਾਂ 'ਤੇ ਸਾਈਨ ਹੁੰਦੇ ਸੀ,
ਉੱਥੇ ਕੋਈ ਹਮਲਾ ਨਹੀਂ ਹੋਇਆ ਅੱਜ ਤੱਕ ਹਜ਼ੂਰ ਸਾਹਿਬ, ਕਦੇ ਉੱਥੇ ਕੋਈ ਝਗੜਾ ਨਹੀਂ ਹੋਇਆ, ਕਦੇ ਕੁਛ ਉੱਥੇ ਕੋਈ ਸਿਆਪਾ ਨਹੀਂ ਪਿਆ ਜਿਹੜੇ ਇੱਥੇ ਪਏ ਨੇ ਪੰਜਾਬ 'ਚ। ਉਹ ਭੀੜ ਕਿੱਥੇ ਗਈ? ਜਿਹਨੂੰ ਗ੍ਰਹਿ ਦਿੱਤੀ ਸੀ ਉਹ ਜਗ੍ਹਾ ਦਿਖਾਉਣ, ਪਹਿਲੇ ਤਾਂ ਉਹ ਜਗ੍ਹਾ ਚਾਹੀਦੀ ਵੀ ਇੱਥੇ ਭਾਈ ਪ੍ਰਕਾਸ਼ ਕੀਤਾ ਸੀ, ਇੱਥੇ ਉੱਥੇ ਜਗ੍ਹਾ ਕੋਈ ਨਹੀਂ। ਜੇ ਉਹ ਸੀਗੀ ਤਾਂ ਮਾਤਾ ਨੇ ਅਜੀਤ ਸਿੰਘ ਨੂੰ ਗੁਰੂ ਗਿਆਰਵਾਂ ਕਿਉਂ ਥਾਪਿਆ ਦਿੱਲੀ, ਫਿਰ ਖਾਲਸਾ ਨੇ ਜਾ ਕੇ ਹਟਾਇਆ। ਉਹ ਕਹਿੰਦੇ ਉੱਧਰ ਬੰਦਾ ਬਹਾਦਰ ਗੁਰੂ ਕਹਿੰਦੇ ਜਿਹਨੂੰ ਨਾ ਕਿਹਾ, ਉਹ ਕਹਿੰਦੇ ਇੱਦਾਂ ਨਹੀਂ ਆਪਾਂ ਨੇ ਕਹਿਣਾ, ਆਪਾਂ ਹੋਰ ਪਲੈਨ ਬਣਾਉਂਦੇ। ਉਹਨਾਂ ਨੇ ਫਿਰ ਪਲੈਨ ਬਣਾਇਆ ਵੀ ਗੁਰੂ ਗ੍ਰੰਥ ਨੂੰ ਗੁਰਿਆਈ ਦੇਵੇ, ਬਸ ਗੁਰੂ ਗ੍ਰੰਥ ਦੀ ਹਾਜ਼ਰੀ ਕੋਈ ਜ਼ਰੂਰੀ ਨਹੀਂ ਹੈ। ਅਸੀਂ ਗਲਤੀ ਕੀ ਕੀਤੀ? ਅਸੀਂ ਉੱਥੇ ਹਾਜ਼ਰੀ ਪੰਜ ਪੈਸੇ ਨਾਰੀਆਂ ਨਾਲ ਹੀ ਕਰਨੀ ਕਰਨੀ, ਇਹਦੀ ਲੋੜ ਨਹੀਂ ਹੈ। ਜਾਂ ਬਾਬੇ ਬਕਾਲੇ ਕਿਹਾ ਨਵੇਂ ਪਾਤਸ਼ਾਹ ਉੱਥੇ ਹਾਜ਼ਰ ਨਹੀਂ ਸੀ, ਹਾਜ਼ਰੀ ਹੋਣੀ ਕੋਈ ਜ਼ਰੂਰੀ ਨਹੀਂ ਹੈ, ਗੁਰਿਆਈ ਇੱਦਾਂ ਵੀ ਦਿੱਤੀ ਜਾ ਸਕਦੀ ਹੈ। ਉਹ ਗੱਲ ਅਸੀਂ ਛੱਡ ਕੇ ਦੂਈ ਬੇਵਕੂਫੀ ਕਰ ਲਈਏ, ਬੁੱਧੀਹੀਨਾਂ ਦੇ ਕੰਮ ਨੇ ਕੀਤੇ ਹੋਏ। ਜਿਹੜੇ ਆਦਮੀ ਬੁੱਧੀਹੀਨ ਕੰਮ ਕਰਦੇ ਨੇ ਉਹ 'ਚ ਕਮੀਆਂ ਰਹਿ ਜਾਂਦੀਆਂ ਨੇ। ਉਹ ਕਹਿੰਦੇ ਨਕਲ ਕਰਨ ਨੂੰ ਵੀ ਅਕਲ ਚਾਹੀਦੀ ਹੈ ਨਾ, ਨਕਲ ਤਾਂ ਕੀਤੀ ਅਕਲ ਹੈ ਨਹੀਂ ਸੀ। ਉਹੀ ਗੱਲ ਹੋ ਗਈ ਦਾ ਇਤਿਹਾਸ ਤੇ ਮਗਰ ਜਾਊਂਗੇ ਤਾਂ ਹਜਾਵੇ ਪੈਣੀ ਪੈਣੀ ਹਜਾਵੇ ਪੈਣੀ ਕਰੀ ਕਿਰਪਾ ਸਤ ਸੰਗ ਮਿਲਾਏ ਨਾਨਕ ਤਾਂ ਕੇ ਨਿਕਟ ਨਾ ਮਾਏ। ਜਿਹੜਾ ਸਤ ਨਾਲ ਮਿਲ ਆਪਣੇ ਅੰਦਰ ਮਿਲ ਜਾਂਦਾ, ਐਂ ਕਹੋ ਸਤ ਪੁਰਖ ਇਹਦੇ ਅੰਦਰ ਹੈ। ਸਤ ਪੁਰਖ ਕੀ ਹੈ? ਪੁਰਖ ਕਿਹਨੂੰ ਕਹਿੰਦੇ? ਪੁਰਖ ਇੱਕ ਸ਼ਬਦ ਦਾ ਨਾਂ ਹੈ, ਆਵਾਜ਼ ਦਾ ਨਾਂ ਹੈ, ਹੋਰ ਕੁਛ ਨਹੀਂ ਹੈ। ਪੂਰੀ ਪੂਰੀ ਬਸੰਤਾ ਸਤ ਪੁਰਖ ਉਹਨੂੰ ਕਹਿੰਦੇ ਨੇ ਜਿਹੜਾ ਅਧੂਰੇ ਨੂੰ ਪੂਰਾ ਕਰੇ। ਸਰਗੁਣ ਪੁਰਖ, ਪੁਰਖ ਸਰਗੁਣ ਹੁੰਦਾ, ਨਿਰਗੁਣ ਨੂੰ ਪੁਰਖ ਨਹੀਂ ਕਹਿੰਦੇ, ਪੁਰਖ ਨਿਰਗੁਣ ਨਹੀਂ ਹੁੰਦਾ। ਪੂਰਾ ਕਰਨ ਵਾਲਾ, ਪੂਰਾ ਉਹ ਕਰੂਗਾ ਜਿਹੜਾ ਅਧੂਰਾ। ਇਹ ਗੱਲ ਹੈ, ਇਹ ਤਾਂ ਆਪ ਪੂਰਾ ਦੂਜੇ ਨੂੰ ਪੂਰਾ ਕਰੇ ਉਹਨੂੰ ਪੁਰਖ ਕਹਿੰਦੇ ਨੇ। ਸ਼ਬਦ ਕਰ ਸਕਦਾ ਪੁਰਖ, ਅੰਤਰਾਤਮਾ ਦੀ ਆਵਾਜ਼ ਆ ਉਹੀ ਪੁਰਖ ਹੈ, ਹੋਰ ਕੋਈ ਜੋਤ ਦੀ ਗੱਲ ਨਹੀਂ ਹੈ ਇੱਥੇ। ਜੋਤ ਕੋਈ ਦੋ ਆਵਾਜ਼ਾਂ ਨੇ, ਇੱਕ ਇਹਦੇ ਤੁਰਕੁਟੀ ਚੋਂ ਮਾਇਆ ਦੇਖ ਕੇ ਪੈਦਾ ਹੁੰਦੀ ਹੈ, ਝੂਠ ਦੀ ਆਵਾਜ਼ ਉਮਰ ਹੈ, ਉਹਦਾ ਨੂੰ ਉਮਰ ਹੈ। ਜਿਹੜੀ ਅੰਦਰੋਂ ਆਵਾਜ਼ ਪੈਦਾ ਹੁੰਦੀ ਹੈ ਉਹ ਇਹ ਆਪ ਨਹੀਂ ਪੈਦਾ ਕਰਦਾ, ਆਵਾਜ਼ ਗੁਰੂ ਆ ਸਜ, ਆਵਾਜ਼ ਏ ਗੁਰੂ ਹੈ, ਉਹ ਅੰਤਰਾਤਮ ਦੀ ਆਵਾਜ਼ ਏ ਕਹਿੰਦੇ ਆ, ਉਹੀ ਗੁਰੂ ਹੈ, ਬਲਕਿ ਉਹ ਗੁਰੂ ਨਹੀਂ ਹੈ, ਸਤਿਪੁਰਖ ਉਹ ਗੁਰਦੇਵ ਹੈ, ਉਹ ਗੁਰਦੇਵ ਹੈ, ਸਾਨੂੰ ਦਿੰਦੀ ਹੈ ਗਿਆਨ, ਸਾਨੂੰ ਦਿੰਦੀ ਹੈ, ਸਾਡੇ ਲਈ ਗੁਰੂ ਉਹੀ ਹੈ, ਗੁਰੂ ਨਹੀਂ ਹੈ ਸਾਡੇ ਨਾਲ, ਸਾਡੇ ਵਾਸਤੇ ਗੁਰਦੇਵ ਹੈ। ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ, ਸਾਨੂੰ ਗੁਰਦੇਵ ਦਾ, ਮੈਂ ਆਪਣਾ ਗੁਰ ਪੂਛ ਦੇਖਿਆ, ਉਹ ਗੁਰੂ ਦਾ ਪਤਾ ਨਹੀਂ ਕਹਿੰਦਾ ਅੱਜ ਦੀ ਭਾਸ਼ਾ ਜਾਂ ਉਹ ਸੈਂਸ ਉਹੀ ਹੈ ਨਾ, ਗੁਰੂ ਦੀ ਲਫ਼ਜ਼ ਦਾ ਉਹੀ ਇੱਕ ਗੁਰ ਹੈ, ਸਾਨੂੰ ਗੁਰੂ ਦੀ ਤਾਂ ਲੋੜ ਹੋਵੇ ਜੇ ਸਾਰੀਆਂ ਚੁਣਾਂ ਸਾਡੀਆਂ ਇੱਕ ਥਾਂ ਇਕੱਠੀਆਂ ਹੋਣ। ਜਿੱਥੇ ਸ਼ਬਦ ਗੁਰੂ ਸੁਰਤ ਤਾਂ ਚੇਲਾ ਕਿਹਾ ਉੱਥੇ, ਮਤਲਬ ਗੁਰੂ ਦਾ ਸ਼ਬਦ, ਗੁਰੂ ਰੂਪ ਸ਼ਬਦ, ਗੁਰੂ ਰੂਪ ਸ਼ਬਦ, ਉਹ ਇੱਕੋ ਐਸਾ ਸ਼ਬਦ ਹੈ, ਇੱਕ ਵਾਰੇ ਨਿਕਲਦਾ, ਜਿਹੜਾ ਸਾਰੇ ਨਹੀਂ ਤਾਂ ਫਿਰ ਕਈ ਪ੍ਰਕਾਰ ਦੇ ਸ਼ਬਦ, ਕਿੰਨੇ ਪ੍ਰਕਾਰ ਦੇ ਸ਼ਬਦ ਚਾਹੀਦੇ ਨੇ ਹਰੇਕ ਨੂੰ ਹੀ। ਜਿਵੇਂ ਦੇਖੋ ਸੂਰਜ, ਉਹ ਚੋਂ ਇੱਕ ਰੋਸ਼ਨੀ ਨਿਕਲਦੀ, ਸਾਰੇ ਜੀਵ ਜੰਤ ਵਾਸਤੇ ਰੋਸ਼ਨੀ ਇੱਕੋ ਹੀ ਚੀਜ਼ ਹੈ, ਇੱਕੋ ਹੀ ਕੰਮ ਕਰਦੀ, ਸਾਰੇ ਦਰਸ਼ਨ ਕਰਾਉਂਦੀ ਹੈ ਇੱਕ ਦੂਜੇ ਦੇ। ਇੱਕ ਸੂਰਜ ਦੇ ਵਿੱਚੋਂ ਧੁੱਪ ਅੱਗ ਨਿਕਲਦੀ ਹੈ, ਅੱਗ ਵੀ ਕੋਈ ਆਪਣਾ ਗਿਆਨ ਦਵਾ ਰਹੀ ਹੈ ਤੁਹਾਨੂੰ, ਅੱਗ ਨਹੀਂ ਆਪਣਾ ਗਿਆਨ ਦੇ ਰਹੀ, ਧੁੱਪ ਚੁੱਕਦੀ ਹੈ, ਅੱਜ ਉਹਦੀ ਚੁੰਮਣ ਕੁਛ ਬੋਲ ਰਹੀ ਹੈ, ਉਹ ਤੁਹਾਨੂੰ ਕੋਈ ਦੱਸ ਰਹੀ ਹੈ, ਚੁੰਮ ਕੇ ਉਹ ਹੀਟ ਜਿਹੜੀ ਚੁੰਮ ਰਹੀ ਹੈ, ਕੋਈ ਦੱਸ ਰਹੀ ਹੈ, ਮੈਸੇਜ ਦੇ ਰਹੀ ਹੈ, ਗਿਆਨ ਕਰਾ ਰਹੀ ਹੈ ਨਾ ਆਪਣੇ ਬਾਰੇ, ਐਂ ਸ਼ਬਦ ਉਹ ਆਪਣੇ ਬਾਰੇ ਗਿਆਨ ਕਰਾ ਰਿਹਾ। ਸਾਰਾ ਗਿਆਨ ਜੋ ਚਾਹੀਦਾ
ਜਿਹਨੂੰ ਜੋ ਚਾਹੀਦਾ ਉਹ ਸ਼ਬਦ ਵਿੱਚ ਹਰ ਪ੍ਰਕਾਰ ਦਾ ਗਿਆਨ ਹੈ। ਜਿਵੇਂ ਦੇਖੋ ਆਪਾਂ ਤਿੰਨ ਚਾਰ ਮਿਸਾਲਾਂ, ਇੱਕ ਚੀਜ਼ ਤੋਂ ਲੈ ਬਿਜਲੀ ਹੈ, ਪ੍ਰੈਸ ਗਰਮ ਹੋਊਗੀ ਇਹਦੇ ਨਾਲ, ਪੱਖਾ ਹਵਾ ਮਾਰੂਗਾ ਇਹਦੇ ਨਾਲ, ਫਰਿੱਜ ਲੈ ਲਓਗੇ ਉਹ ਬਰਫ਼ ਪੈਦਾ ਕਰੂਗਾ ਇਹਦੇ ਨਾਲ, ਬਿਜਲੀ ਤਾਂ ਹੋਈ ਹੈ, ਬਿਜਲੀ ਤਾਂ ਕੋ ਫੁਕਦੀ ਹੈ, ਟਮਾਟਰ ਗਰਮ ਹੈ ਇੱਕ ਠੰਡਾ ਕਰਦਾ, ਇੱਕ ਦੂਜੇ ਨਾਲ ਢੋਗੇ, ਇੱਕ ਬਲਬ ਲਾਈਟ ਜਾਲਦਾ, ਅੱਜ ਜੇ ਕੁਛ ਬਣਾ ਕਰੇ ਤਾਂ ਝਟਕਾ ਵੀ ਮਾਰਦੀ ਹੈ, ਹੱਥ ਲਾ ਕੇ ਦੇਖ ਲਓ ਕਿਆ ਕੰਮ ਕਰਦੇ, ਇੱਕੋ ਚੀਜ਼ ਨੇ ਇਹ ਵੀ, ਉਹ ਸਾਰੇ ਹੀ ਕੰਮ ਕਰਦੇ, ਇਹ ਵੀ ਸ਼ਕਤੀ ਉਹ ਵੀ ਸ਼ਕਤੀ ਹੈ, ਸਾਰਿਆਂ ਨੂੰ ਗਿਆਨ ਦਿੰਦਾ। ਜਿਵੇਂ ਇੱਕ ਹੋਰ ਮਦਦ ਥੱਲੇ ਸੰਧੀ ਵਾਲੇ ਨੂੰ ਵੀ, ਜੇ ਉਹਨੇ ਪੁੱਛਣਾ ਸੰਧੀ ਵਾਲੇ ਨੂੰ ਦੱਸ ਦਿੰਦਾ ਮੈਂ ਜੀ ਇਹ ਕਰ, ਫਿਟਰ ਨੂੰ ਵੀ ਦੱਸ ਦਿੰਦਾ ਸਾਰਿਆਂ, ਕਿਉਂਕਿ ਉਹਦਾ ਗਿਆਨ ਵੱਡਾ ਸਾਰਿਆਂ ਨੂੰ ਗਿਆਨ ਦੇਈ ਜਾਂਦਾ। ਕੀ ਜਿਹੜਾ ਪ੍ਰਿੰਸੀਪਲ ਹੈ ਪਹਿਲੀ ਦੇ ਬੱਚਿਆਂ ਨੂੰ ਨਹੀਂ ਪੜ੍ਹਾ ਸਕਦਾ, ਪੜ੍ਹਾ ਸਕਦਾ ਸੋ ਗੁਰੂ ਹੈ, ਜੇ ਆਦਮੀ ਨੂੰ ਪੜ੍ਹਾਉਂਦਾ ਥੱਲੇ ਦੀਆਂ ਕਲਾਸਾਂ ਨੂੰ ਪੜ੍ਹਾ ਸਕਦਾ, ਗੁਰੂ ਉਹਨੂੰ ਕਹਿੰਦੇ ਨੇ ਜੀ ਸਾਰਿਆਂ ਨੂੰ ਪੜ੍ਹਾਉਣ ਦੀ ਕਪੈਸਿਟੀ ਹੈ, ਜਿਹੜਾ ਉਪਦੇਸ਼ ਸਾਰਿਆਂ ਵਾਸਤੇ ਹੈ ਉਹ ਗੁਰੂ ਕਹਿੰਦੇ ਉਹਨੂੰ, ਜਿਹੜੀ ਆਹ ਉਪਦੇਸ਼ ਸਾਰਿਆਂ ਵਾਸਤੇ ਨਹੀਂ ਹੈ, ਸਾਡਾ ਜਿਹੜਾ ਅੰਦਰ ਹੈ ਉਹ ਗੁਰੂ ਤਾਂ ਨਹੀਂ ਹੈ, ਨਾਨਕ ਤਾਂ ਨਹੀਂ ਗੁਰੂ, ਨਾਨਕ ਜਾਨਵਰਾਂ ਨੂੰ ਪੜ੍ਹਾ ਕੇ ਦਿਖਾਉਂਦੇ, ਜਾਨਵਰਾਂ ਨੇ ਤਾਂ ਬੋਲੀ ਨਹੀਂ ਜਾਣਦਾ, ਨਾਨਕ ਸਰਬ ਕੀ ਚਿੰਤਾ ਨਾਨਕ ਦੇ ਮਨ ਵਿੱਚ ਨਹੀਂ ਹੈ, ਸਰਬ ਕੀ ਚਿੰਤਾ ਉਹਦੇ ਮਨ ਵਿੱਚ ਹੈ ਜਿਹੜਾ ਸਰਬ ਕੀ ਭਾਸ਼ਾ ਜਾਣਦਾ, ਘੱਟ ਘੱਟ ਕੇ ਅੰਤਰ ਕੀ ਜਾਣਦਾ, ਘੱਟ ਘੱਟ ਕੇ ਅੰਤਰ ਕੀ ਜਾਣ, ਨਾਨਕ ਦਾ ਕਹਿਣਾ ਹੈ ਘੱਟ ਘੱਟ ਕੇ ਅੰਤਰ ਕੀ ਜਾਣਦਾ, ਨਾਨਕ ਥੋੜ੍ਹੀ ਜਾਣਦਾ ਆਪ ਘੱਟ ਘੱਟ ਕੇ ਅੰਤਰ, ਗੁਰੂ ਜਾਣਦਾ ਘੱਟ ਘੱਟ ਕੇ ਅੰਤਰ ਕੀ ਜਾਣ, ਭਲੇ ਬੁਰੇ ਕੀ ਪੀੜ ਪਛਾਣ, ਚੀਟੀ ਤੇ ਕੁੰਚ ਰਸੂਲਾ ਸਭ ਪਰ ਕਿਰਪਾ ਦਿਸ਼ਟ ਕਰ ਬੋਲਾ, ਅੰਤਰਾਤਮਾ ਦੀ ਆਵਾਜ਼ ਤਾਂ ਸਾਰੀ ਕੁਆਲਿਟੀ ਹੈ ਇਹ ਭਾਈ, ਉਹ ਸਾਡੇ ਵਾਸਤੇ ਹੀ ਹੈ, ਬਾਕੀਆਂ ਵਾਸਤੇ ਸ਼ੇਰ ਦੀ, ਸ਼ੇਰ ਵਾਸਤੇ ਸ਼ੇਰ ਦੀ ਅੰਤਰਾਤਮਾ ਦੀ ਆਵਾਜ਼ ਹੋਰ ਹੈ, ਕਬੂਤਰ ਦੀ ਹੋਰ ਹੈ, ਕੌਲ ਦੀ ਹੋਰ ਹੈ, ਬੋਲਣ ਦੀ ਹੋਰ ਹੈ, ਝੋਟੇ ਦੀ ਹੋਰ ਹੈ, ਅੱਡ ਅੱਡ ਜਾਨਵਰ ਨੇ, ਅੱਡ ਅੱਡ ਅੰਤਰਾਤਮਾ ਦੀ ਆਵਾਜ਼ ਇੱਕੋ ਨਹੀਂ ਹੁੰਦੀ, ਕੀ ਅੰਤਰਾਤਮਾ ਦੀ ਆਵਾਜ਼ ਆਪਣੇ ਆਦਮੀ ਦੀ ਇੱਕੋ ਹੈ, ਇਹ ਤੇ ਆਦਮੀਆਂ ਦੀ ਗੱਲ ਹੈ, ਆਦਮੀ ਦੀ ਇੱਕ ਕਿਸਮ ਦੇ ਜਾਨਵਰਾਂ ਦੀ ਇੱਕੋ ਹੁੰਦੀ, ਤਾਂ ਉਹਨਾਂ ਦੇ ਸੁਭਾਅ ਇੱਕੋ ਜਿਹੇ, ਇੱਥੇ ਅੰਤਰਾਤਮਾ ਦੀ ਆਵਾਜ਼ ਆ ਜਿਹੜੀ ਹੈ, ਕਿਉਂਕਿ ਜਾਨਵਰਾਂ ਨੂੰ ਇਹਦਾ ਮੱਖੀਆਂ ਮੱਛਰ ਨੂੰ ਕੀ ਇਹਦਾ ਲਾਭ ਹੈ ਕੋਈ, ਨਾ ਉਹਨਾਂ ਨੂੰ ਸਮਝਿਆ ਤਾਂ ਉਹਨਾਂ ਦੀ ਯਾਰ ਇਹ ਕਿਵੇਂ ਮਿਲਦੀ, ਉਹਨਾਂ ਵਾਸਤੇ ਇਹਦੇ ਵਿੱਚ ਕੀ ਹੈ, ਇੰਨਾ ਹੀ ਹੈ ਵੀ ਜਮਣ ਵੱਲ ਹੋ, ਆਹ ਤਾਂ ਉਹਨਾਂ ਦੇ ਵੀ ਲਾਗੂ ਹੈ, ਸਾਰਿਆਂ ਨੂੰ ਰਿਜ਼ਕ ਉਹ ਦਿੰਦਾ, ਤਾਂ ਫਿਰ ਦਿੰਦਾ ਹੀ ਆ, ਉਹ ਤਾਂ ਸੱਚ ਹੈ, ਇਹ ਤੋਂ ਸਿੱਖਿਆ ਕੀ ਲੈਂਦੇ ਨੇ, ਇਹ ਤੋਂ ਸੇਧ ਨਹੀਂ ਲੈ ਸਕਦੇ, ਕਿਉਂਕਿ ਉਹ ਹੋਰ ਪੌੜੀ 'ਤੇ ਨੇ, ਜਿਹੜੀ ਪੌੜੀ 'ਤੇ ਉਹ ਨੇ ਉਦੋਂ ਅਗਲੀ ਪੌੜੀ ਦੀ ਉਹ ਸੇਧ ਉਹਨੂੰ ਚਾਹੀਦੀ ਹੈ, ਹਾਂਜੀ ਸਮਝਦਾ ਤੂੰ ਗੱਲ, ਹੁਣ ਜੇ ਦੂਜੀ ਜਮਾਤ ਦਾ ਕੋਰਸ ਹੈ ਉਹ ਚੌਥੀ ਜਮਾਤ ਵਾਲਾ ਕੋਰਸ ਨਹੀਂ ਹੈ, ਉਹਨਾਂ ਦੀ ਅਵਸਥਾ ਉੱਚੀ ਹੈ, ਨੀਵੀਂ ਅਵਸਥਾ ਉਦੋਂ ਉੱਚੀ ਅਵਸਥਾ ਉਦੋਂ ਉੱਚੀ ਅਵਸਥਾ ਉਦੋਂ ਉੱਚੀ ਅਵਸਥਾ ਦੀ ਪੜ੍ਹਾਈ ਹੈ, ਫਰਜ਼ ਕੀਤਾ ਪੌੜੀਆਂ ਦੀ ਪੜ੍ਹਾਈ ਤਾਂ ਫਿਰ ਅੱਡ ਅੱਡ ਹੋਊਗੀ, ਪਰ ਜਾਣਦਾ ਇੱਕੋ ਆਦਮੀ ਜੀ, ਜੋ ਸਾਰੀ ਕੁਆਲਿਟੀ ਹੈ ਸਭ ਨੂੰ ਪੜ੍ਹਾਉਣ ਦੀ, ਉਹਨੂੰ ਗੁਰੂ ਕਹਿੰਦੇ ਹਾਂ ਅਸੀਂ, ਉਹ ਨਾਨਕ ਜੀ ਨਹੀਂ ਹੈ, ਭਗਤ ਜੀ ਨਹੀਂ ਹੈ, ਵਾਸੇ ਦੀ ਉਹ ਗੱਲ ਹੈ, ਸ਼ਬਦ ਸੰਸਾਰ ਦੇ ਕਿਸੇ ਜੰਮੇ ਹੋਏ ਆਦਮੀ 'ਚ ਨਹੀਂ ਹੈ, ਸ਼ਬਦ ਗੁਰੂ ਨੂੰ ਮੁੜੇ ਹੋਰ ਫਿਰ ਤਾਂ ਮਤਲਬ ਉਹ ਪਏ ਉਹ ਸ਼ਬਦ ਵੀ ਬਿਨਾਂ ਕੰਨਾਂ ਦੇ ਸੁਣਨ ਵਾਲਾ ਹੈ, ਦੂਜੀ ਗੱਲ ਹੋਰ ਹੈ ਅਗਲੀ, ਪਹਿਲੀ ਗੱਲ ਇਹ ਕੱਟੀ ਮੈਂ ਕਿ ਗੁਰੂ ਇਹਨੂੰ ਤਾਂ ਨਹੀਂ ਕਹਿ ਸਕਦੇ, ਜੇ ਸ਼ਬਦ ਵੀ ਮੰਨੀਏ ਆਪਾਂ, ਉਪਦੇਸ਼ ਵੀ ਮੰਨੀਏ,
ਮੂੰਹ ਨਾਲ ਬੋਲਣ ਵਾਲਾ ਸ਼ਬਦ ਵੀ ਮੰਨੀਏ ਤਾਂ ਵੀ ਕੰਨਾਂ ਦਾ ਵਿਸ਼ਾ ਹੋ। ਜੇ ਆਪਾਂ ਸ਼ਬਦ ਨੂੰ ਕੰਨਾਂ ਨਾਲ ਸੁਣਨ ਵਾਲਾ ਵੀ ਮੰਨੀਏ, ਬਾਣੀ ਗੁਰਬਾਣੀ ਮੰਨ ਲਈਏ, ਕਿਉਂਕਿ ਇਹ ਗੁਰਬਾਣੀ ਹੈ, ਇਹਨੂੰ ਗੁਰਬਾਣੀ ਕਿਹਾ, ਬਾਣੀ ਤਾਂ ਕਿਹਾ ਨਹੀਂ। ਜਿਹੜੀ ਬਾਣੀ ਹੈ ਉਹ ਹੋਰ ਚੀਜ਼ ਹੈ, ਉਹ ਚੀਟੀ ਤੇ ਕੰਚਰ ਵਾਸਤੇ ਹੈ, ਸਾਰਿਆਂ ਵਾਸਤੇ ਹੈ। ਗੁਰਬਾਣੀ ਆ ਸ਼ਬਦ ਗੁਰੂ ਉਹੀ ਨਹੀਂ ਹੈ ਜਿਹੜੀ ਬਾਣੀ? ਹਾਂ ਉਹ ਸ਼ਬਦ ਗੁਰੂ ਹੈ, ਉਸੇ ਨੂੰ ਕਹਿੰਦੇ ਫਿਰ, ਮੈਂ ਤਾਂ ਉੱਥੇ ਦੀ ਗੱਲ ਕਰਦਾ, ਉਹ ਸ਼ਬਦ ਗੁਰੂ ਹੈ। ਗੁਰਬਾਣੀ ਸ਼ਬਦ ਗੁਰੂ ਨਹੀਂ, ਗੁਰਬਾਣੀ ਤਾਂ ਮੈਂ ਕਿਹਾ ਨਹੀਂ ਜੀ, ਮੈਂ ਸ਼ਬਦ ਗੁਰੂ ਦੀ ਗੱਲ ਕਰਦਾ ਸੀ। ਗੁਰਬਾਣੀ ਉਪਦੇਸ਼ ਗੁਰੂ ਹੈ, ਅੰਤਰਾਤਮਾ ਦੀ ਆਵਾਜ਼ ਸ਼ਬਦ ਗੁਰੂ 'ਚ ਫਰਕ ਹੈ, ਇਹ ਉਪਦੇਸ਼ ਗੁਰੂ ਹੈ, ਇਹ ਸਮਝਦਾ ਜੀ। ਅੰਤਰਾਤਮਾ ਅਤੇ ਸ਼ਬਦ ਗੁਰੂ 'ਚ ਕੀ ਫਰਕ ਹੈ? ਅੰਤਰਾਤਮਾ ਔਰ ਸ਼ਬਦ ਗੁਰੂ, ਅੰਤਰਾਤਮਾ ਦੀ ਆਵਾਜ਼ ਜਿਹੜੀ, ਅੰਤਰਾਤਮਾ ਦੀ ਆਵਾਜ਼ ਔਰ ਸ਼ਬਦ ਗੁਰੂ ਦੀ ਆਵਾਜ਼, ਅੰਤਰਾਤਮਾ ਦੀ ਆਵਾਜ਼ ਸਿਰਫ ਗੁਰਦੇ ਹੁੰਦੀ ਹੈ, ਪੂਰਾ ਗੁਰ ਨਹੀਂ ਹੁੰਦਾ। ਪਹਿਲਾਂ ਪੂਰਾ ਗੁਰ ਨਹੀਂ ਹੁੰਦਾ, ਗੁਰ ਹੁੰਦਾ, ਫਿਰ ਗੁਰਦੇ ਪੂਰਾ ਗੁਰ ਬਣਦੇ, ਫਿਰ ਉਹ ਤੋਂ ਬਾਅਦ ਸਤਿਗੁਰ ਬਣਦੇ। ਉਹ ਡਿਵੈਲਪ ਹੋਣੀ ਹੈ, ਅੰਤਰਾਤਮਾ ਦੀ ਆਵਾਜ਼ ਤਾਂ ਡਿਵੈਲਪ ਹੋਣੀ ਹੈ, ਪਰ ਕਮ ਅਜ਼ ਕਮ ਅੰਤਰਾਤਮਾ ਦੀ ਆਵਾਜ਼ ਦੇ ਵਿੱਚ ਕਾਂਡ ਨਹੀਂ ਹੁੰਦੀ। ਮੰਨਣ ਦੀ ਕਪੈਸਿਟੀ, ਸੱਚ ਨੂੰ ਸੱਚ, ਝੂਠ ਨੂੰ ਝੂਠ ਮੰਨਣ ਦੀ ਕਪੈਸਿਟੀ ਹੁੰਦੀ, ਉਹਦਾ ਸੁਭਾਅ ਹੁੰਦਾ ਅੰਤਰਾਤਮਾ, ਮਨ ਦਾ ਸੁਭਾਅ ਇਹ ਹੈ। ਸਤਿਗੁਰ ਦੀ ਆਵਾਜ਼ ਨੂੰ ਅੰਤਰਾਤਮਾ ਦੀ ਆਵਾਜ਼ ਕਹਿੰਦੇ? ਹਾਂ, ਉਹਨੇ ਡਿਵੈਲਪ ਹੋਣੇ ਅੱਗੇ, ਡਿਵੈਲਪ ਨਹੀਂ ਹੋਣਾ, ਉਹਨੇ ਪੂਰਾ ਗੁਰ ਨਹੀਂ ਬਣਨਾ, ਪੂਰੇ ਗੁਰ ਕਾ ਸੁਣ ਉਪਦੇਸ਼, ਫਿਰ ਉਹਦਾ ਜਨਮ ਹੋਣਾ, ਸਤਿਗੁਰ ਕੇ ਜਨਮ, ਫਿਰ ਉਹ ਤਾਂ ਡਿਵੈਲਪ ਹੋਣਾ, ਉਸੇ ਨੇ ਡਿਵੈਲਪ ਹੋਣਾ ਗਾਹ ਜਾ ਕੇ, ਜੇ ਪਹਿਲਾਂ ਹੀ ਇਹ ਹੋ ਗਈ ਫਿਰ ਤਾਂ ਗੱਲ ਹੀ ਖਤਮ। ਡਿਵੈਲਪ ਉਹੀ ਹੋ ਰਿਹਾ, ਮਨ ਹੀ ਡਿਵੈਲਪ ਹੋ ਰਿਹਾ, ਮਨ ਤਾਂ ਜਿਹੜਾ ਡਿਵੈਲਪ ਹੋ ਗਿਆ ਉਹਨੂੰ ਤਾਂ ਪਿੱਛੇ ਖਿੱਚਿਆ ਰਸਾ, ਤੂੰ ਰਹਿਣ ਦੇ।